परिवर्तन के लिए पासे बाडी पुलिस नूं मैं आप खुद सौंपी है। तो खड़का होया लाट बहुत ज्यादा 30-40 फुट उपर नंगी जड़ी अग लगी लाट कढ़दे पिछे जिवें अपने धुआं दे किसे चीज़ दा सेक उन्हें जी साढ़े उठते उठते इतने डिग पिया। 5 से 7 फुट का टूआ पट्टिया गया जी बिच जिहड़ा जमीन दे विच टूआ पट्टिया गया 5 से 7 फुट का। ਕੀ ਉਮਰ ਦਾ ਸੀਗਾ? 24-25 ਸਾਲ ਦਾ ਜੀ। 24-25 ਸਾਲਾਂ ਦਾ ਨੌਜਵਾਨ ਸੀਗਾ? ਹਾਂਜੀ। ਕਲੋ ਲੋਹੇ ਦਾ ਬਹੁਤ ਦੂਰ ਤੱਕ ਗਏ ਵੀ ਸੀ, ਕਿੱਲਾ 1.5 ਕਿੱਲਾ ਦੂਰ ਖਿਲਰੇ ਪਏ ਸੀਗੇ। ਤੁਹਾਨੂੰ ਕਿੰਨੇ ਵਜੇ ਪਤਾ ਲੱਗੇ ਜਿਹੜਾ ਪਲੇਨ ਇਹ ਕ੍ਰੈਸ਼ ਹੋ ਗਿਆ? ਇਹ 11:30 ਵਜੇ ਪਤਾ ਲੱਗਾ ਯਾਰ, ਰਾਤ 11:30। ਹਾਂ, ਉਦੋਂ ਹੀ ਅਸੀਂ ਉੱਠ ਖੜੇ ਮਿੜੇ ਚੋਂ, ਇਹ ਇੱਥੇ ਡਿੱਗ ਪਿਆ ਤੇ ਅੱਗ ਲੱਗ ਗਈ। ਤੁਹਾਨੂੰ ਜਦੋਂ ਉੱਪਰ ਉੱਡਿਆ ਆਉਂਦਾ ਸੀ, ਉਹ ਉਸ ਟਾਈਮ ਤੁਹਾਨੂੰ ਦਿਸਿਆ ਸੀ ਵੀ ਇਹਨੂੰ ਅੱਗ ਲੱਗੀ ਵੀ ਆ? ਉਦੋਂ ਅੱਗ ਦੀ ਲਾਟ ਕੱਢਦਾ ਹੀ ਪਿੱਛੇ ਨੂੰ ਪੂਰੀ। ਅੱਛਾ ਜੀ। ਹਾਂ, ਇੰਨਾ ਹੀ ਅੱਗ ਲੱਗੀ, ਲਾਟ ਕੱਢਦੇ ਪਿੱਛੇ ਜਿਵੇਂ ਆਪਣੇ ਧੁਮਾ ਦੇ ਦਾ ਕਿਸੇ ਚੀਜ਼ ਦਾ ਸੇਕ ਉਹਨੇ ਜਿਹੜੀ ਸਾਡੇ ਉੱਠਦੇ ਉੱਠਦੇ ਇੱਥੇ ਡਿੱਗ ਪਿਆ ਬਸ ਇੱਥੇ। ਜਿਹੜੀ ਆਹ ਜਗ੍ਹਾ ਤੇ ਪਲੈਨ ਡਿੱਗਿਆ ਹੈਗਾ, ਤੁਹਾਡਾ ਇੱਥੋਂ ਘਰ ਕਿੰਨੇ ਕਿਲੋਮੀਟਰ, ਕਿੰਨੀ ਦੂਰੀ ਤੇ ਆ? ਉਹ ਦਾ ਜੀ 7 ਕਿਲੇ ਆ। ਅੱਛਾ, 7 ਕਿਲੇ ਆ। ਹਾਂ। ਅੱਛਾ, ਤੁਹਾਨੂੰ ਉਹਦੀ ਆਵਾਜ਼ ਸੁਣੀ? ਜਾਂ ਆਵਾਜ਼ ਸੁਣੀ ਜਾਂ ਅੱਗ ਦੀ ਖੜਕਾ, ਇਹ ਪਰਮਾਤਮਾ ਹੀ ਜਾਣੇ ਜੀ। ਅੱਛਾ ਜੀ। ਹਾਂ, ਜਾਂ ਆਵਾਜ਼ ਦਾ ਖੜਕਾ ਹੋਵੇ ਜਾਂ ਅੱਗ ਦਾ ਹੋਵੇ ਅਸੀਂ ਇਹ ਨਹੀਂ ਕਹਿ ਸਕਦੇ। ਉਸ ਬਾਗ ਤੇ ਜਦੋਂ ਇਹ ਪਲੇਨ ਡਿੱਗ ਪਿਆ ਖੜਕਾ ਆ, ਤੁਸੀਂ ਫਿਰ ਇੱਥੋਂ ਦੇ ਪਿੰਡ ਦੇ ਜਾਂ ਘਰਾਂ ਦੇ ਲੋਕ ਇੱਥੇ ਇਕੱਠੇ ਹੋਏ ਦੇਖਣ ਆਏ? ਬਹੁਤ ਆਏ ਸੀ ਜੀ ਪਿੰਡ ਦੇ, ਇਹ ਤੇ ਰਾਤ ਨੂੰ ਪਤਾ ਨਹੀਂ ਲੱਗਦਾ ਜੀ ਕਿਹੜੇ ਬੰਦੇ ਆ ਕਿਹੜੇ ਨਹੀਂ, ਦੁਨੀਆ ਬਹੁਤ ਆ ਗਈ ਸੀ ਜਾਲੇ। ਅੱਛਾ ਜੀ। ਹਾਂ, ਐਂ ਨਹੀਂ ਰਾਤ ਨੂੰ ਪਤਾ ਲੱਗਦਾ, ਤਾਂ ਬੁੱਢੇ ਬੰਦੇ ਤੁਰੇ ਫਿਰਦੇ ਗੋਡਿਆਂ ਤੋਂ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜਾ ਆਇਆ ਕਿਹੜਾ ਨਹੀਂ। ਹੋਰ ਬਾਈ ਜੀ, ਤੁਸੀਂ ਕਿਸੇ ਨੂੰ ਕੋਈ ਪਤਾ ਲੱਗਿਆ? ਤੁਹਾਨੂੰ ਕਦੋਂ ਪਤਾ ਲੱਗਿਆ ਜੀ ਇਹ ਪਲੇਨ ਡਿੱਗ? ਸਾਨੂੰ ਤਾਂ ਹੁਣ ਹੀ ਪਤਾ ਲੱਗਾ ਹੀ ਹੁਣ ਆਏ ਵੈਰੋ ਕਤੋਂ। ਅੱਛਾ ਜੀ। ਤੁਸੀਂ ਸਾਰੇ ਮਤਲਬ ਇਹ ਦੇਖਣ ਆਏ ਆ ਵੀ ਤੁਹਾਡੇ ਏਰੀਏ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਪਹਿਲੀ ਵਾਰ ਹੋਇਆ ਤੇ ਤੁਸੀਂ ਉਹ ਦੇਖਣ ਆਏ? ਹਾਂਜੀ, ਉਹੀ ਦੇਖਣ ਆਏ ਸੀ ਤਾਂ ਕਰਕੇ ਆਏ ਆ, ਸਾਨੂੰ ਰਾਤ ਪਤਾ ਲੱਗਿਆ। ਸਾਨੂੰ ਜੀ ਤਕਰੀਬਨ 12:30 ਵਜੇ ਤਕਰੀਬਨ ਫੋਨ ਆਇਆ ਸਰਕਾਰੀ ਪ੍ਰਸ਼ਾਸਨ ਦਾ ਵੀ ਤੁਹਾਡੇ ਨਗਰ ਦੇ ਵਿੱਚ ਜਹਾਜ਼ ਡਿੱਗ ਪਿਆ। ਅਸੀਂ ਆਪਦੇ ਨਗਰ 'ਚੋਂ ਪੜਤਾਲ ਕੀਤੀ, ਮੈਂ ਆਪਦੇ ਮੁੰਡੇ ਨਾਲ ਲਏ, ਪੁਰਾਣੇ ਲੰਘੇ ਨੇ ਆਏ, ਆਪਦੀਆਂ ਗੱਡੀਆਂ ਮੀਂਹ ਆ ਗਿਆ, ਲੋਸਮੈਂਟਾਂ ਜੈਮਲ ਵਾਲਾ, ਜੈ ਸਿੰਘ ਵਾਲਾ ਅਤੇ ਆਪਦੇ ਲੰਘੇ ਨੇ, ਤਿੰਨਾਂ ਗੁਰਦਾਂ 'ਚ ਕਰਾਈ, ਉਹ 'ਚ ਕਰਵਾ ਕੇ ਫਿਰ ਅਸੀਂ ਜਾ ਕੇ ਉਹਦੀ ਪੈਰਾਸੂਟ ਵਗੈਰਾ ਸਾਨੂੰ ਮਿਲੀ। ਉਦੋਂ 2-3 ਕਿਲੇ ਪਾਸੇ ਬਾਡੀ ਪੁਲਿਸ ਨੂੰ ਮੈਂ ਆਪ ਖੁਦ ਸੌਂਪੀ ਹੈ। ਜਿਹੜੀ ਹੈ ਮੇਨ ਪੁਆਇੰਟ ਤੋਂ ਬਾਡੀ ਕਿੰਨੇ ਕਿਲੋਮੀਟਰ ਦੂਰ ਪਾਸੇ ਜਿੱਥੇ ਜਹਾਜ਼ ਡਿੱਗਿਆ, ਉੱਥੋਂ ਕਿੰਨੇ ਕਿਲੋਮੀਟਰ ਦੂਰ ਪਾਸੇ ਬਾਡੀ? ਕਿਲੋਮੀਟਰ ਹੋ ਗਈ, ਕਿਲੋਮੀਟਰ ਦੂਰ ਡੈੱਡ ਬਾਡੀ ਪਈ ਸੀ? ਡੈੱਡ ਬਾਡੀ ਪਈ ਸੀ। ਇੱਕ ਜਵਾਨ ਸੀ, ਕਿੰਨੇ ਸੀ? ਇੱਕ ਜੀ, ਹਰਮਨਵੀਰ ਸਿੰਘ SHO ਅਤੇ ਜਿਹੜੇ ਸੀਗੇ ਫੌਜ ਦੇ ਮੁਖੀ, ਉਹ ਸਾਰੇ ਉੱਥੇ ਡੈੱਡ ਬਾਡੀ ਦੇ ਕੋਲੇ ਗਏ ਆ। ਅੱਛਾ ਜੀ। ਡੈੱਡ ਬਾਡੀ ਕਿੰਨੇ ਵਜੇ ਉੱਥੋਂ ਚੱਕ ਲਈ ਤੁਸੀਂ, ਹੈਂਡ ਓਵਰ ਕਰਾ ਦਿੱਤੀ ਅਫਸਰਾਂ ਨੂੰ? ਡੇਢ ਵਜੇ ਤਕਰੀਬਨ। ਇਹ ਰਾਤ 12:30 ਵਜੇ ਤੁਹਾਨੂੰ ਫੋਨ ਆਇਆ? ਹਾਂਜੀ। ਉਸ ਤੇ 1:30 ਵਜੇ ਚੱਕ ਲਈ, ਮੀਂਹ ਬਹੁਤ ਪੈਂਦਾ ਜੀ। ਆ ਬਾਬਾ, ਛੱਡੋ ਥੋੜਾ ਮੈਂ। ਅੱਛਾ ਜੀ। ਹਾਂਜੀ। ਅੱਛਾ, ਕਿੰਨੇ ਵਜੇ ਡੈੱਡ ਬਾਡੀ ਚੱਕੀ ਤੁਸੀਂ? ਕਿੰਨੇ? 12:30 ਵਜੇ ਉਸ ਟਾਈਮ? 2 ਵਜੇ ਰਾਤੀ, 2 ਵਜੇ 2 ਵਜੇ ਚੱਕ ਲਈ ਆ। ਤੇ ਇਹ ਜਿਹੜਾ ਜਹਾਜ਼ ਕ੍ਰੈਸ਼ ਹੋਇਆ, ਤੁਹਾਨੂੰ ਇਹਦਾ ਕੋਈ ਖੜਕਾ ਵਗੈਰਾ ਸੁਣਿਆ ਜਾਂ ਪ੍ਰਸ਼ਾਸਨ? ਨਹੀਂ, ਪ੍ਰਸ਼ਾਸਨ ਨੇ ਫੋਨ ਹੀ ਆ, ਇਹ ਤਾਂ ਹੁਣ ਵੇਖਿਆ ਜਾਂ ਉਦੋਂ ਬਾਅਦ 'ਚ ਗੱਲ ਪਤਾ ਲੱਗਾ ਵੀ ਕੀ ਹੋਇਆ ਕੀ ਨਹੀਂ ਹੋਇਆ। ਉਦੋਂ ਪਹਿਲਾਂ ਸਾਨੂੰ ਸਿਰਫ ਫੋਨ ਆਇਆ, ਅਸੀਂ ਤਾਂ ਫੋਨ 'ਤੇ ਆਪਦੀ ਫੋਰਸ ਲੈ ਕੇ ਪੰਜਾਬੀ ਮੁੰਡੇ ਨੌਜਵਾਨ ਅਤੇ ਪਿੰਡਾਂ 'ਚ ਹੋਕੇ ਦਵਾਏ, ਟਰੈਕਟਰ ਲਏ, ਬੈਠੀਆਂ ਲਈਆਂ, ਉਹਦੇ ਵਿੱਚ ਉਹਦੀ ਲਾਸ਼ ਭਾਲ ਕੇ ਅਤੇ ਮੂਧੇ ਮੂੰਹ ਪਿਆ, ਧੌਣ ਟੁੱਟੀ ਹੋਈ ਸੀ। ਜਿਹੜਾ ਜਵਾਨ ਸੀ, ਪਾਇਲਟ ਸੀਗਾ, ਉਹ ਮੌਤ ਉਹਦੀ ਜਿਹੜੀ ਡੈੱਡ ਬਾਡੀ ਮੂੰਹ 'ਤੇ ਮੂੰਹ ਡਿੱਗੇ ਹੋਏ ਸੀ? ਹਾਂਜੀ। ਅਤੇ ਧੌਣ ਟੁੱਟੀ ਹੋਈ ਸੀ? ਧੌਣ ਟੁੱਟੀ ਹੋਈ ਸੀ। ਅਤੇ ਉਹਨਾਂ ਦੀ ਕੋਈ ਪਛਾਣ ਬਾਰੇ ਤੁਹਾਨੂੰ ਪਤਾ? ਨਹੀਂ ਜੀ, ਪਛਾਣ ਪਾਇਲਟ ਸੀ? ਨਹੀਂ ਜੀ। ਕਿੰਨੀ ਕੁ ਉਮਰ ਦਾ ਸੀਗਾ? ਸੀ 24-25 ਸਾਲ ਦਾ ਜੀ। 24-25 ਸਾਲਾਂ ਦਾ ਨੌਜਵਾਨ ਸੀਗਾ? ਹਾਂਜੀ। ਅਤੇ ਇਹਨਾਂ ਦਾ ਪਤਾ ਨਹੀਂ ਵੀ ਕਿਹੜੀ ਸਟੇਟ ਜਾਂ ਕਿਹੜੇ ਪਿੰਡ ਤੋਂ ਬਿਲੋਂਗ? ਮੀਂਹ ਬਾਲਾ ਪੈਂਦਾ ਜੀ, ਮੁੜ ਕੇ ਇਸ ਗੱਲ ਦਾ ਬੜੀ ਪਛਾਣ ਨਹੀਂ ਹੋ ਸਕੀ। ਤਕਰੀਬਨ ਜੀ 11:10-15 ਦਾ ਟਾਈਮ ਸੀਗਾ, 5:10-15 ਦਾ ਇੱਥੇ ਇੱਕ ਜੇ, ਅਤੇ ਸਾਡੇ ਗਵਾਂਢੀ ਛੱਤ 'ਤੇ ਪਏ ਸੀ, ਅਤੇ ਜਦੋਂ ਖੜਕਾ ਹੋਇਆ ਲਾਟ ਬਹੁਤ ਜ਼ਿਆਦਾ 30-40 ਫੁੱਟ ਉੱਪਰ ਨੰਗੀ ਜਿਹੜੀ, ਅਤੇ ਮੇਰੇ ਤਾਇਆ ਜੀ ਨੇ, ਬੇਟੇ ਨੇ ਗਵਾਂਢੀਆਂ ਨਾਲ ਗੱਲਬਾਤ ਕੀਤੀ, ਜਦੋਂ ਮੈਂ ਉਹਨਾਂ ਦੀ ਗੱਲਬਾਤ ਸੁਣ ਕੇ ਬਾਹਰ ਆਇਆ ਤਾਂ ਅਸੀਂ ਮੁੜ ਕੇ ਬਾਈਕ ਚੱਕੀ, ਚਾਰੇ ਜਣੇ ਇੱਕੋ ਬਾਈਕ ਦੇ ਉੱਤੇ ਬੈਠ ਕੇ ਅਸੀਂ ਮੌਕੇ 'ਤੇ ਤਕਰੀਬਨ 11:20-22 'ਤੇ ਉੱਥੇ ਅਸੀਂ ਪਹੁੰਚ ਗਏ। ਜਦੋਂ ਅਸੀਂ ਪਹੁੰਚ ਕੇ ਉੱਥੇ ਵੇਖਿਆ, ਪਹਿਲਾਂ ਤਾਂ ਦੂਰੋਂ ਪਤਾ ਨਹੀਂ ਲੱਗ ਰਿਹਾ ਸੀ ਵੀ ਕੀ ਚੀਜ਼ ਆ, ਜਦੋਂ ਨੇੜਿਓਂ ਜਾ ਕੇ ਵੇਖਿਆ ਵੀ ਉਹਨੇ ਟੋਆ ਪੁੱਟਿਆ ਸੀਗਾ, ਜਿਹੜਾ ਪਲੇਨ ਦਾ ਅਗਲਾ ਹਿੱਸਾ ਸੀ ਜਿਵੇਂ ਟਾਇਰ ਸੀਗੇ ਉਹ ਥੋੜ੍ਹਾ ਜਿਹਾ 5 ਫੁੱਟ ਗਾਂਹ ਪਏ ਸੀਗੇ, ਤਾਂ ਅਸੀਂ ਵੇਖਿਆ ਵੀ ਇਹ ਪਲੇਨ ਆ ਕ੍ਰੈਸ਼ ਹੋਇਆ ਜਿਹੜਾ, ਅਤੇ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਇੱਥੇ ਬਾਘੇ ਪੁਰਾਣੇ। ਪ੍ਰਸ਼ਾਸਨ ਨੂੰ ਤੁਸੀਂ ਵੀ ਦੱਸਿਆ ਜਾ? ਹਾਂਜੀ ਹਾਂਜੀ, ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ। ਜਿਹੜੇ ਇਹਦੇ ਟੁੱਟੇ ਪਾਰਟ ਜਿਹੜੇ ਖਿਲਰੇ ਪਏ ਸੀਗੇ ਜੀ, ਉਹ ਕਿੰਨੀ ਕਿੰਨੀ ਦੂਰ 'ਤੇ ਪਏ ਅਤੇ ਪਲੇਨ ਕਿੰਨੀ ਦੂਰ ਸੀ ਉੱਥੇ?
ਉਹ ਜੀ ਕੋਈ ਕੋਈ ਪਾਰਟ ਜਿਵੇਂ ਮਤਲਬ ਲੋਹੇ ਦਾ ਬਹੁਤ ਦੂਰ ਤੱਕ ਗਏ ਹੋਏ ਸੀ, ਕਿੱਲਾ ਡੇਢ ਡੇਢ ਕਿੱਲਾ ਦੂਰ ਖਿਲਰੇ ਪਏ ਸੀਗੇ ਜਿੱਥੇ ਪਲੇਨ ਡਿੱਗਿਆ ਜੀ, ਜਿਹੜਾ ਉੱਪਰੋਂ ਡਿੱਗਣ ਦਾ ਕੋਈ ਨੀਚੇ ਧਰਤੀ 'ਤੇ ਜ਼ਮੀਨ 'ਤੇ ਕਿੰਨਾ ਡੂੰਘਾ ਟੋਹਾ ਪੱਟਿਆ ਗਿਆ? ਇਹ 5 ਤੋਂ 7 ਫੁੱਟ ਦਾ ਟੋਹਾ ਪੱਟਿਆ ਗਿਆ ਜੀ ਵਿੱਚ, ਜਿਹੜਾ ਜ਼ਮੀਨ ਦੇ ਵਿੱਚ ਟੋਹਾ ਪੱਟਿਆ ਗਿਆ 5 ਤੋਂ 7 ਫੁੱਟ ਦਾ। ਜਦੋਂ ਉਸ ਤੋਂ ਬਾਅਦ ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਨੇ ਜਿਹੜੇ ਬੰਦੇ ਸੀਗੇ ਲੋਕ ਆਲੇ ਦੁਆਲੇ ਇਕੱਠੇ ਹੋਏ ਉਹ 100 ਮੀਟਰ ਦੂਰ ਕਰਤੇ। ਜਦੋਂ ਦੂਰ ਕਰਤੇ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਫੋਨ ਕੀਤਾ ਆਪਦੇ ਉੱਚ ਅਧਿਕਾਰੀਆਂ ਨੂੰ, 5 ਬ੍ਰਿਗੇਡ ਆ ਗਈ ਅਤੇ ਪਾਣੀ ਦੇ ਮਾਰਿਆ ਵੀ ਅੱਗ ਕਾਬੂ 'ਚ ਕਰ ਲਈ। ਉਸ ਤੋਂ ਬਾਅਦ ਆਰਮੀ ਆ ਗਈ, ਤਕਰੀਬਨ ਫਿਰ ਮੀਂਹ ਪੈਣਾ ਜਦੋਂ ਸ਼ੁਰੂ ਹੋਇਆ 1-2 ਵਜੇ ਕਰੀਬ ਦੇ ਵਜੇ ਆਰਮੀ ਨੇ ਜਿਹੜੀ ਲੋਕੇਸ਼ਨ ਟਰੇਸ ਕੀਤੀ ਸਾਡੇ ਲੰਗਿਆਂ ਨਾਲ ਨਵਾਂ ਦੇ ਵਿੱਚ ਆਈ, ਅਸੀਂ ਘਰ ਆ ਗਏ ਸੀ ਉਦੋਂ। ਪਰ ਜਦੋਂ ਦੁਬਾਰਾ ਫਿਰ ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਹੋਈ, ਅਸੀਂ ਫਿਰ ਗਏ, ਜਿਹੜੀ ਕਿ ਡੈੱਡ ਬੋਡੀ ਮਤਲਬ ਪਾਇਲਟ ਜਿਹੜੀ ਸ਼ਨਾਖਤ ਕੀਤੀ ਆਰਮੀ ਨੇ ਕੀਤੀ, ਉਹ ਖੇਤਾਂ ਦੇ ਵਿੱਚ ਸੀਗੇ, ਪੈਰਾਸ਼ੂਟ ਕਿੱਟ ਜਿਹੜੀ ਉਹਨਾਂ ਦੇ ਪਾਈ ਹੋਈ ਸੀਗੀ। ਪਰ ਕ੍ਰੈਸ਼ ਵਾਲੀ ਜਗ੍ਹਾ ਤੋਂ ਕਿੰਨੀ ਦੂਰ ਡੈੱਡ ਬੋਡੀ? ਇਹ 0.5 ਕਿਲੋਮੀਟਰ ਤਕਰੀਬਨ ਜੀ, ਹਨੇਰੇ 'ਚ ਕੋਈ ਆਏ ਐਸਟੀਮੇਟ ਲਾ ਨਹੀਂ ਸਕਦੇ। ਹਾਂ ਆਈਡੀਆ ਮਤਲਬ ਤੁੱਕਾ ਕਹਿ ਸਕਦੇ ਵੀ 0.5 ਕਿਲੋਮੀਟਰ ਦੂਰ ਜਿਹੜਾ ਉਹ ਡਿੱਗਿਆ ਸੀ। ਤੁਸੀਂ ਡੈੱਡ ਬਾਡੀ ਦੇ ਕੋਲੇ ਗਏ ਦੇਖਿਓ? ਅਸੀਂ ਕੇਰਾ ਦੇਖ ਕੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਲੇ ਨਹੀਂ ਆਉਣ ਦਿੱਤਾ ਜੀ। ਆਫੀਸਰ ਨੌਜਵਾਨ ਪਾਇਲਟ ਇਕੱਲਾ ਸੀ ਜਾਂ ਕੋਈ? ਇਕੱਲਾ ਸੀਗਾ ਜੀ, ਮਤਲਬ ਮਿਲਟਰੀ ਬਹੁਤ ਜ਼ਿਆਦਾ ਇੱਥੇ ਵੱਡੀ ਮਾਤਰਾ 'ਚ ਪਹੁੰਚ ਗਈ ਸੀ, ਪੁਲਿਸ ਪ੍ਰਸ਼ਾਸਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਅਤੇ ਆਪਣੇ ਮੋਗਾ ਦੇ ਫਰੀਦਕੋਟ ਦੇ ਸਾਰੇ ਉੱਚ ਅਧਿਕਾਰੀ ਪੈਰਾਸ਼ੂਟ ਵਰਤਿਆ ਸੀਗਾ ਜੀ, ਕੋਈ ਪੈਰਾਸ਼ੂਟ ਜਾਂ ਤਾਂ ਕਿਸੇ 'ਚ ਟਕਰਾਉਣ ਕਾਰਨ ਕੋਈ ਤਕਨੀਕੀ ਜਾਂ ਕੀ ਕਹਿ ਰੱਬ ਜਾਣਦਾ, ਬਾਕੀ ਜਿਵੇਂ ਮੰਨ ਲਓ ਘਟੀ ਲਾ ਲਓ, ਪਰ ਬਹੁਤ ਮਾੜਾ ਹੋਇਆ। ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਅਕਾਲ ਪੁਰਖ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਭਾਣਾ ਮੰਨਣ ਦਾ ਪੱਪਾ ਬਖਸ਼ਣ ਪਰਿਵਾਰ ਨੂੰ। ਜਿਹੜਾ ਪਲੇਨ ਕ੍ਰੈਸ਼ ਹੋਇਆ ਉੱਪਰ ਉੱਡੇ ਜਾਂਦੇ ਤੁਹਾਨੂੰ ਅੱਗ ਦੇ ਸੀ ਜਾਂ ਖੜਕਾ ਸੀ? ਨਹੀਂ, ਮੈਂ ਤਾਂ ਰੂਮ 'ਚ ਸੀਗਾ ਜੀ, ਜਿਹੜੇ ਸਾਡੇ ਨਾਲ ਬਿਲਕੁਲ ਕੰਧ ਨਾਲ ਕੰਧ ਸਾਂਝੀ ਗਵਾਂਢੀ ਆ, ਉਹ ਪਏ ਸੀਗੇ ਕੋਠੇ ਦੇ ਉੱਪਰ। ਉਹਨਾਂ ਨੇ ਉੱਪਰੋਂ ਅੱਗ ਲੱਗਦੀ ਮਤਲਬ ਵੇਖੀ ਆ ਡਿੱਗਦੀ, ਜਦੋਂ ਉਹ ਕਹਿੰਦੇ ਵੀ ਡਿੱਗੀ ਆ ਲਾਟ ਬਣ ਕੇ ਉੱਪਰ 30-40 ਫੁੱਟ ਤੱਕ ਤਾਂ ਨੂੰ ਗਈ ਆ। ਜਿਹੜਾ ਆਸਮਾਨ ਆ ਉਹ ਪੂਰਾ ਲਾਲੀ ਦੇ ਵਿੱਚ ਆ ਗਿਆ ਸੀ, ਬਹੁਤ ਟਾਈਮ ਉਹ ਲਾਲੀ ਦੇ ਵਿੱਚ ਰਿਹਾ। ਅਤੇ ਅਸੀਂ ਜਦੋਂ ਬਾਈਕ 'ਤੇ ਖੇਤਾਂ ਵਾਲਾ ਰੋਡ ਪਿਆ ਅਤੇ ਦੂਰ ਤੱਕ ਨਿਗਾਹ ਮਾਰੀ ਅਤੇ ਸਾਨੂੰ ਅੱਗ ਜਿਹੜੀ ਲਾਟ ਬਲਦੀ ਉਹ ਦਿਖੀ, ਅਸੀਂ ਖੇਤਾਂ ਦੇ ਵਿੱਚ ਦੀ ਉੱਥੇ ਪਹੁੰਚੇ। ਇੱਥੇ ਗੱਲ ਕਰਨ 'ਤੇ ਮਿਲਿਆ ਕਈ ਸਾਨੂੰ ਨੌਜਵਾਨ ਹੋਰ ਵੀ ਦੇਖੇ ਉੱਥੇ ਜਿਹੜੇ ਦੇਖਣ ਆਏ ਆ ਜਿੱਥੇ ਪਲੇਨ ਕ੍ਰੈਸ਼ ਹੋਇਆ। ਹਾਂਜੀ, ਜਦੋਂ ਇੱਥੋਂ ਮਦਕੀ ਤੋਂ ਕਾਫੀ ਦੂਰ ਹੋਣਾ 10-15 ਕਿਲੋਮੀਟਰ ਮਦਕੀ ਇੱਥੋਂ ਹੋਣਾ, ਹਾਂਜੀ, ਉਹ ਕਹਿੰਦੇ ਸਾਨੂੰ ਉੱਥੇ ਖੜਕਾ ਸੁਣਿਆ, ਇਸ ਗੱਲ 'ਚ ਕਿੰਨੀ ਕੁ ਹਕੀਕਤ? ਸੁਣਿਆ ਹੋਊਗਾ ਜੀ, ਕੋਈ ਸ਼ੱਕ ਨਹੀਂ, ਕਿਉਂਕਿ ਸੁੰਨਸਾਂ ਜਿਹੜੀ ਰਾਤ ਸੀਗੀ, ਲੋਕ ਆਪਦਾ 11 ਦਾ ਟਾਈਮ ਸੀਗਾ ਅਤੇ ਲੋਕ ਪਏ ਹੁੰਦੇ ਆ ਇਸ ਵਕਤ, ਆਪਣੇ ਪਿੰਡਾਂ ਦੇ ਲੋਕ ਜਲਦੀ ਸੌਂ ਜਾਂਦੇ ਆ। ਜਿਹੜਾ ਤਕਰੀਬਨ ਖੜਕਾ ਸਾਡੇ ਪਿੰਡ 'ਚ ਹੋਇਆ ਉਹ ਬਹੁਤ ਜ਼ਿਆਦਾ ਸੀ। ਪਹਿਲਾਂ ਸਾਨੂੰ ਐਂ ਲੱਗਾ ਮੈਂ ਰੂਮ 'ਚ ਸੀ ਵੀ ਬਿਜਲੀ ਲਸ਼ਕ ਰਹੀ ਆ, ਪਰ ਜਦੋਂ ਬਾਹਰ ਜਾ ਕੇ ਵੇਖਿਆ ਤਾਂ ਆਪਣੇ ਤਾਇਆ ਜੀ ਦਾ ਬੇਟਾ ਗਵਾਂਢੀ ਗੱਲਾਂ ਕਰਦੇ ਸੀ, ਅਸੀਂ ਫੌਰਨ ਮੋਟਰਸਾਈਕਲ ਕੱਢਿਆ, ਚਾਰੇ ਜਣੇ ਇੱਕੋ ਬਾਈਕ 'ਤੇ ਬੈਠੇ ਅਤੇ ਖੇਤਾਂ ਦੇ ਵਿੱਚ ਦੀ ਹੋ ਕੇ ਅਸੀਂ ਉੱਥੇ ਪਹੁੰਚ ਗਏ।